हो बबई, वाहगुरु जी का खालसा, वाहगुरु जी फतेह। होर ठीक ठाक सीता जी? परिवार ठीक ठाक। बोले बोले, होर बबू किदा, छोरे किदा? ठीक ठाक वधिया। ये भगत जेड़े लैंदे? ठीक है। अच्छा, होर सुनाओ किदा, ठीक ठाक सीता? इक अज पहले भैन नूं कढ़दे, बाद फिर गल्लबात मारदे आ। आ जाओ, वीडियो तो ढड़ियां मैं बड़े चिर दिया देखता सीगा, ते हाँ पहली बार अज मिलन दा मौका मिलिया। हैगा ही बड़ा साडे तुहाडा पिंड, हैगा बड़ा मतलब हटवा जा वा, दूर है ना? हाँ जी। हैलो भैन, चला उतर, घर आ गया, आ जा। देखी ये कितने देखी? अच्छा, अपने च गई? ओ च तो नहीं गई, कौल जी तक बाबे बकाले के आश्रम। अच्छा अच्छा, आ जा मेरी भैन। अच्छा, मैं उन्होंने पहले ही दस्या सीगा, मैं कहा इहदे वालां दी कटिंग होई आ, ये किसी मैनूं लगदा किसी आश्रम च आई है भैने। नहीं नवे पिंड, ओहदे कोल। अच्छा, बाबा बकाल साहिब उत्थे केड़ा आश्रम? हिंद दी चादर। अच्छा, अज लै अंदर। बस बैठे गए। होर सेहत सुनाओ, ठीक ठाक? वधिया। आ जा आ जा भैन, इत्थे आ जा, आ जा। अच्छा, ते की हिसाब किताब इहदा? जो भाषा बोलदी है ना, साडे उत्थे मुंडा है सी, ओह समझदा सीगा। ਇਹ ਹੈਗੀ ਆ ਯੂਪੀ ਦੀ, ਪਿੰਡ ਵੀ ਦੱਸਦੀ, ਪਤਾ ਨਹੀਂ ਆਪਣਾ ਕਿਹੜਾ ਪਿੰਡ ਦੱਸਦੀ ਆ। ਅਤੇ ਕਹਿੰਦੀ ਕਿ ਮੇਰਾ ਦੋ ਮੁੰਡੇ ਆ, ਉਹਨਾਂ ਦਾ ਬਟਵਾਰਾ ਹੋਇਆ ਜਗ੍ਹਾ ਦਾਸੇ 'ਚ, ਅਤੇ ਮੁੰਡਾ ਮੈਨੂੰ ਇੱਥੇ ਦਰਬਾਰ ਸਾਹਿਬ ਦਰਸ਼ਨ ਕਰਾਉਣ ਲਈ ਲੈ ਕੇ ਆਇਆ ਬਹਾਨਾ ਲਾ ਕੇ, ਅਤੇ ਇੱਥੇ ਮੈਨੂੰ ਉਹ ਛੱਡ ਗਿਆ। ਮੈਨੂੰ ਕਹਿੰਦਾ ਤੂੰ ਇੱਥੇ ਖੜ੍ਹ, ਰਜਿਸਟ੍ਰੇਸ਼ਨ ਖੜ੍ਹ, ਅਤੇ ਮੈਂ ਆਉਂਦਾ ਵਾਂ, ਅਤੇ ਬਾਅਦ ਵਿੱਚ ਉਹ ਆਇਆ ਹੀ ਨਹੀਂ। ਹਾਂ, ਅਤੇ ਇਹ ਤਾਂ ਹੁਣ ਉੱਥੇ ਸਾਡੇ ਝਬਾਲ ਨਹੀਂ ਰਹੀ, ਤੁਰੀ ਫਿਰਦੀ, 3-4 ਦਿਨ ਹੋ ਗਏ ਆ ਉੱਥੋਂ। ਪਰਸੋਂ ਦੇ ਮੈਨੂੰ ਕੋਈ ਵੀਰ ਫੋਨ ਲਾਉਣ ਡਿਆ ਸੀਗੇ। ਹਾਂਜੀ। ਅੱਛਾ, ਵੀ ਉਹਨਾਂ ਦੇ ਕੋਲ ਹੀ ਇਹ, ਕਿਉਂਕਿ ਮੈਂ ਪਹਿਲੇ ਥੋੜ੍ਹੀ ਲਾ ਲਈ ਸੀ ਹਿਸਾਬ ਕਿਤਾਬ ਜਿਹਾ, ਵੀ ਇਹ ਭੈਣ ਦਾ ਜਿਵੇਂ ਵਾਲ ਵੂਲ ਕੱਟੇ ਆ, ਆਸ਼ਰਮ 'ਚ ਵੀ ਆਈ ਹੋਈ। ਬਸ ਵਧੀਆ ਵਧੀਆ ਚੜ੍ਹਦੀ ਕਲਾ, ਕਿੱਦਾਂ ਚੱਲਦੇ ਸੇਵਾਵਾਂ? ਹਾਂਜੀ, ਥੋੜ੍ਹਾ ਬੋਲੋ। ਹੋਰ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਲੇਲਾ ਪੰਜੋ ਅੱਲੇ ਭੈਣੇ, ਪਾਣੀ ਪੀ ਲਾ। ਮੇਰੇ ਸਾਹਮਣੇ ਇੱਥੇ ਤੁਹਾਡੇ ਲਾਗੇ ਪਿੰਡ ਕਿਹੜਾ ਯਾਰ ਪੈਂਦਾ ਵਾ? ਮੰਡਰਾਲਾ, ਮੰਡਾਲਾ ਕਿਹੜਾ? ਮੰਡਿਆਲਾ ਕਿੰਨਾ ਕੁ ਦੂਰ ਪੈਂਦਾ ਇੱਥੋਂ? ਮੈਂ ਉੱਥੋਂ ਪੇਸ਼ੈਂਟ ਲੈ ਕੇ ਗਿਆ ਸੀਗਾ ਇੱਥੋਂ ਸਾਲ ਕੇ ਪਹਿਲਾਂ। ਇਹੋ ਹੀ ਆ ਆ ਨਾਲ ਤੁਸੀਂ ਆ ਵੀਡੀਓ 'ਚ? ਅੱਛਾ, ਇਹ ਤੁਹਾਡੇ ਕੋਲ ਪਹਿਲਾਂ ਵੀ ਆਈ? ਅੱਛਾ, ਇਹ ਕਿਤੇ ਤੁਹਾਡੇ ਤੋਂ ਤਾਂ ਨਹੀਂ ਕਿਤੇ ਗਈ ਹੋਊਗਾ ਇੱਥੋਂ? ਕਿੰਨਾ ਚਿਰ ਦੀ? ਅਗਸਤ 2021 ਜੀ। ਧੁੰਦਲੀ ਜੀ ਹੈ ਨਾ, ਰਾਤ ਬਣੀ। ਅੱਛਾ ਅੱਛਾ, ਹਾਂ ਇਹੋ ਹੀ ਲਗਭਗ 2021 ਅਤੇ 23 ਚੜ੍ਹ ਗਈ ਹੈ ਨਾ, ਅਤੇ 2 ਸਾਲ ਹੋ ਗਏ ਹੈ ਨਾ ਵਿਚਾਰੀ ਨੂੰ ਘੁੰਮਦੀ ਨੂੰ। ਹਾਂਜੀ ਵੀਰੋ, ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਵੀਰੋ, ਜਿੱਦਾਂ ਮੈਂ ਤੁਹਾਨੂੰ ਆ ਵੀਡੀਓ 'ਚ ਦਿਖਾਇਆ ਸੀਗਾ ਕਿ ਇਸ ਭੈਣ ਨੂੰ ਆਪਾਂ ਝਬਾਲ
ਪਿੰਡ ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਆਪਾਂ ਭੈਣੋ ਰੋਡ ਤੋਂ ਲੈ ਕੇ ਆਏ ਸੀਗੇ ਅਤੇ ਆਪਾਂ ਅੱਜ ਵੀਰ ਨੂੰ ਪਿੰਡ ਲੱਦਾ ਮੁੰਡਾ ਜ਼ਿਲ੍ਹਾ ਬਟਾਲੇ ਦੇ ਵਿੱਚ ਲੈ ਕੇ ਆਏ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲੈ ਕੇ ਆਏ ਆ ਬਾਬਾ ਫਤਿਹ ਸਿੰਘ ਨਾਥ ਆਸ਼ਰਮ, ਜਿਸ ਨੂੰ ਕਿ ਭਾਈ ਸਾਹਿਬ ਭਾਈ ਜਗਰੂਪ ਸਿੰਘ ਖਾਲਸਾ ਜੀ ਚਲਾਉਂਦੇ ਆ, ਸੰਗਤ ਦੇ ਸਹਿਯੋਗ ਨਾਲ ਚਲਾਉਂਦੇ ਆ, ਅਤੇ ਇਸ ਭੈਣ ਦੀ ਸੇਵਾ ਸੰਭਾਲ ਵਾਸਤੇ ਆਪਾਂ ਇਸ ਸਿੰਘ ਨੂੰ ਭੈਣ ਨੂੰ ਸੌਂਪ ਚੱਲੇ ਹਾਂ। ਅਤੇ ਅੱਗੇ ਮੈਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਦਿਖਾਉਂਦਾ ਵਾਂ, ਅੱਜ ਆਪਾਂ ਵੀਡੀਓ 'ਚ ਦਿਖਾਈਏ ਜੀ ਤੁਹਾਨੂੰ ਕਿ ਵੀਰ ਜੀ ਹੁਣਾਂ ਦੀ ਸੇਵਾ ਨੂੰ ਆਪਾਂ ਸਲਾਮ ਕਰਦੇ ਹਾਂ, ਸਲੂਟ ਕਰਦੇ ਹਾਂ ਕਿ ਕਿੱਥੇ ਅੱਜ ਕਲਯੁੱਗ ਦੇ ਦੌਰ ਦੇ ਵਿੱਚ ਅੱਜ ਆਪਾਂ ਆਪਣੇ ਪਰਿਵਾਰਾਂ ਨੂੰ ਨਹੀਂ ਸਾਂਭਦੇ, ਆਪਣੀ ਮਾਂ ਨੂੰ ਨਹੀਂ ਸਾਂਭਦੇ, ਆਪਣੇ ਪਿਓ ਨੂੰ ਨਹੀਂ ਸਾਂਭਦੇ, ਉਹਨਾਂ ਨੂੰ ਘਰੋਂ ਬੇਘਰ ਕਰ ਦਿੰਦੇ ਹਾਂ। ਅਤੇ ਆਹ ਵੇਖੋ ਤੁਸੀਂ 10-15 ਸਰੀਰ ਇੱਥੇ ਅੱਜ ਮੰਜਿਆਂ ਦੇ ਉੱਪਰ ਪਏ, ਜਿਨ੍ਹਾਂ ਨੂੰ ਭਾਈ ਸਾਹਿਬ ਜਗਰੂਪ ਸਿੰਘ ਅਤੇ ਉਹਨਾਂ ਦੀ ਵਾਈਫ ਸਾਂਭਦੇ ਆ, ਇਹਨਾਂ ਦੀ ਮੈਂ ਵੀਡੀਓ ਵੀ ਦੇਖਦਾ ਹੁੰਦਾ। ਅਤੇ ਵੀਰ ਜੀ ਕਿੰਨੇ ਸਰੀਰ ਅੱਜ ਆਪਣੇ ਕੋਲ? ਇਸ ਟਾਈਮ ਭਾਅ ਜੀ ਹੋਣੇ 24-25 ਹੋਣੇ ਆ। 24-25 ਸਰੀਰ, ਕਿੰਨੀਆਂ ਭੈਣਾਂ ਵਿੱਚੋਂ? ਕਿੰਨੀਆਂ ਭੈਣ? ਇੱਕ ਅੰਦਰ ਆਇਆ ਅਤੇ ਇੱਕ ਹੀ ਭੈਣ ਆ, ਦੋ। ਅੱਛਾ, ਦੋ ਭੈਣਾਂ ਅਤੇ ਬਾਕੀ ਵੀਰ ਆ। ਅਤੇ ਵੀਰ ਆ ਜਾਂਦੇ, ਠੀਕ ਹੈ ਜੀ। ਅਤੇ ਸੰਭਾਲਦਾ ਇਹਨਾਂ ਨੂੰ ਕੌਣ ਕੌਣ ਫਿਰ? ਅਜੇ ਤਾਂ ਮਹਾਰਾਜ ਕਿਰਪਾ ਆਪ ਹੀ ਸਾਰਾ। ਦੋਵੇਂ ਜੀ ਆ? ਹਾਂਜੀ ਹਾਂਜੀ, ਆਪ ਹੀ। ਅਤੇ ਕਿੱਦਾਂ, ਮਤਲਬ ਕਿ ਜਿੱਦਾਂ ਹੁਣ ਮੈਂ ਤਾਂ ਫੇਸਬੁੱਕ 'ਤੇ ਵੀ ਕਾਫੀ ਐਕਟਿਵ ਹੁੰਦਾ, ਤੁਸੀਂ ਇੰਨੇ ਜ਼ਿਆਦਾ ਨਹੀਂ ਹੁੰਦੇ, ਅਤੇ ਇੱਦਾਂ ਇਹਨਾਂ ਦਾ ਕਿੱਦਾਂ ਮੈਨੇਜ ਕਰਦੇ ਫਿਰ? ਇੱਦਾਂ ਸਾਰਿਆਂ ਨੂੰ ਨਿਭਾਲਣਾ ਧੋਣਾ ਡੇਲੀ, ਮਤਲਬ ਇੱਕ ਵਾਰ ਨਿਭਾ ਦੇਣਾ ਸਵੇਰੇ ਸਾਰਿਆਂ ਨੂੰ, ਜਿੱਦਾਂ ਮਤਲਬ ਹਾਲ ਇਹਦੇ ਵਿੱਚ ਲੱਗੇ ਜਾ, ਲੱਗੇ ਜਾ ਉਹਦੇ ਵਿੱਚ, ਹਾਲ ਵਿੱਚ ਸਾਰੇ। ਹਾਂ, ਫੋਨ ਦੂਜਾ ਬੰਦ ਕਰ ਲਾ। ਹਾਂਜੀ, ਦੂਸਰੇ ਹਾਲ ਵਿੱਚ ਸਾਰਿਆਂ ਨੂੰ ਲੰਮੇ ਪਾ ਦੇਣਾ ਵਾ, ਮਤਲਬ ਸਾਰਿਆਂ ਨੂੰ ਆਪ ਹੀ ਕੇਅਰ ਕਰੀ ਦੀ ਆ, ਮਤਲਬ ਨਾਲ ਹੱਥ ਨਾਲ ਵਡਾਉਂਦੇ, ਕਿਉਂਕਿ ਤੁਹਾਨੂੰ ਪਤਾ ਮੈਡੀਸਿਨ ਚੱਲਦੀ, ਪੇਸ਼ੈਂਟ ਠੀਕ ਹੋ ਜਾਂਦਾ। ਭੈਣ ਨਾਲ ਤੁਹਾਡੀ ਮਿਸੇਜ ਹੈ ਨਾ, ਉਹ ਨਾਲ ਹੱਥ ਵਟਾਉਂਦੇ ਆ? ਹਾਂਜੀ ਹਾਂਜੀ। ਅਤੇ ਉੱਦਾਂ ਜਿਵੇਂ ਫਾਈਨੈਂਸ਼ੀਅਲੀ ਸਪੋਰਟ ਕਿੱਦਾਂ ਹੁੰਦੀ ਆ? ਫਾਈਨੈਂਸ਼ੀਅਲ ਵੇਖੋ ਸੰਗਤ ਦੇ ਸਹਿਯੋਗ ਨਾਲ ਹੀ ਆ, ਜੇ ਇੱਥੋਂ ਤੱਕ ਆਏ ਹਾਂ ਜਾਂ ਇੱਥੋਂ ਤੱਕ ਬਣਿਆ ਤਾਂ ਸੰਗਤ ਦੇ ਸਹਿਯੋਗ ਨਾਲ ਹੀ ਬਣਿਆ। ਅੱਛਾ ਜੀ, ਅਤੇ ਸੰਗਤ ਸਪੋਰਟ ਕਰਦੀ? ਹਾਂਜੀ ਕਰਦੀ ਆ। ਅਤੇ ਬਾਕੀ ਮਹਾਰਾਜ ਦੀ ਕਿਰਪਾ ਹੌਲੀ ਹੌਲੀ, ਜਦੋਂ ਸੰਗਤ ਕਰੂਗੀ ਫਿਰ ਸਪੋਰਟ ਹੌਲੀ ਹੌਲੀ ਸਾਰਾ ਲੈਂਟਰ ਲੂੰਟਰ ਪਾਵਾਂਗੇ ਜੀ। ਚਲੋ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਕੁ ਯੋਗੇ ਹੈਗੇ ਆ ਕੀਤਾ। ਇਹ ਕਿੱਦਾਂ ਜਗ੍ਹਾ ਤੁਸੀਂ ਆਪਣੀ ਕਿ ਜਾਂ ਕਿੱਦਾਂ ਮੁੱਲ ਲਈ? ਆਪਣੀ ਜਗ੍ਹਾ, ਠੀਕ ਹੈ। ਮੈਨੂੰ ਤਾਂ ਲੱਗਦਾ ਜਿਵੇਂ ਹੈ ਨਾ ਤੁਹਾਡਾ ਘਰ ਹੀ ਵਿੱਚ ਹੈ ਨਾ, ਮਤਲਬ ਉੱਦਾਂ ਵੈਸੇ ਮੇਰੇ ਘਰ ਸਾਹਮਣੇ ਆ, ਉਹਦਾ ਐਸੀ ਅਸੀਂ ਇੱਥੇ ਕਰਤੀ ਫਿਰ। ਅੱਛਾ, ਆਸ਼ਰਮ ਦੇ ਘਰ? ਅੱਛਾ, ਘਰ ਤੁਹਾਡਾ ਸਾਹਮਣੇ ਆ ਵੀਰ ਦਾ ਹੈ ਨਾ। ਅਤੇ ਵੇਖੋ ਵੀਰ ਜੀ ਦੱਸ ਰਹੇ ਆ ਕਿ ਘਰ ਨਾ ਵੀਰ ਜੀ ਹੁਣਾਂ ਦਾ ਸਾਹਮਣੇ, ਪਰ ਇਹਨਾਂ ਰਿਹਾਇਸ਼ ਹੀ ਇੱਥੇ ਲੈਣ ਦੀ, ਮਤਲਬ ਆਸ਼ਰਮ ਦੇ ਵਿੱਚ ਹੀ ਆਪਣੀ ਰਿਹਾਇਸ਼ ਲੈਣ ਦੀ ਆ। ਆ ਜਿਵੇਂ ਤੁਸੀਂ ਦੇਖ ਰਹੇ ਜੀ ਦੋ ਕਮਰੇ, ਅਤੇ ਸਭ ਤੋਂ ਵੱਡੀ ਵੀਰ ਜੀ ਹੁਣਾਂ ਦੀ ਗੱਲ ਇਹ ਆ ਕਿ ਪੂਰੇ ਸਾਬਤ ਸੂਰਤ ਸਿੱਖੀ ਦੇ ਵਿੱਚ ਵੀਰ ਵੀ ਆ, ਅਤੇ ਇਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਵੀ ਸਾਫ ਸੂਰਤ ਸਿੱਖੀ ਦੇ ਵਿੱਚ ਆ। ਚਲੋ ਮੰਨਦੇ ਹਾਂ ਕਿ ਫਾਈਨੈਂਸ਼ੀਅਲੀ ਸਪੋਰਟ ਸੰਗਤ ਕਰਦੀ ਆ, ਚਲੋ ਸੰਗਤ ਦਾ ਧੰਨਵਾਦ। ਪਰ ਭਾਅ ਜੀ ਜਿਹੜੇ ਇੰਨੇ ਸਰੀਰਾਂ ਨੂੰ ਸੰਭਾਲਣਾ ਨਹਿਰਾਉਣਾ ਇਹ ਉਹੀ ਜਾਣਦਾ ਵਾ ਜਿਹੜਾ ਇਹਨਾਂ ਦੇ ਵਿੱਚ ਵਿਚਰਿਆ ਹੋਵੇ, ਕਿਉਂਕਿ ਜਿਹੜਾ ਮੰਨ ਲਓ ਆ ਮੈਂਟਲੀ ਅਪਸੈਟ ਵੀਰ ਬੰਦ ਬੱਚਾ ਹੈ ਨਾ, ਮੰਨ ਲਓ ਇਹਨੂੰ ਨਲਾ ਕੇ ਹਟੇ ਆ, ਨਵਾ ਕੇ ਹਟੇ ਆ, ਅਤੇ ਇਹਦਾ ਇਹ ਨਹੀਂ ਪਤਾ ਕਿ ਨਵਾਉਂਦਿਆਂ ਸਾਰ ਕੱਪੜੇ ਬਦਲ ਸਾਰ ਇਹਨੇ ਫਿਰ ਨਹੀਂ ਵਿੱਚ ਬਾਥਰੂਮ ਜਾਂ ਲੈਟਰਿਨ ਕਰ ਦੇਣੀ, ਉਸੇ ਵੇਲੇ ਫਿਰ ਦੁਬਾਰਾ ਕੀ ਇਹਨਾਂ ਨੂੰ ਨਵਾਉਣਾ ਪੈਂਦਾ ਵਾ। ਇੱਦਾਂ ਵੀਰ ਕਈ ਵਾਰ ਖਿੱਜ ਵੀ ਚੜ੍ਹਦੀ ਹੋ ਗਈ ਯਾਰ, ਵੀ ਹੁਣੇ ਤਾਂ ਮੈਨੂੰ ਆ ਕੇ ਹਟਿਆ। ਚਲੋ ਉਹ ਤਾਂ ਆਉਂਦਾ ਹੀ ਆ ਮਹਾਰਾਜ ਦੇ, ਚਲੋ ਜਦੋਂ ਆਉਂਦੇ ਨੇ ਕਿ ਬੰਦਾ ਜਿਹੜੀ ਲੈ ਚ ਤੁਰ ਪਏ ਫਿਰ ਉਹ ਬੰਦੇ ਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਕਿੰਨਾ। ਅਤੇ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਸੇਵਾ ਕਰਦਿਆਂ ਨੂੰ? ਇੱਦਾਂ ਵੈਸੇ ਤਾਂ ਕਾਫੀ ਸਿਰ ਲੰਬੇ ਸਮੇਂ ਤੋਂ ਸੇਵਾ ਕਰਨੇ, ਜਿਹੜਾ ਆਸ਼ਰਮ ਉਹ 1-1.5 ਸਾਲ ਹੀ ਹੋਇਆ ਜੀ। ਅੱਛਾ, 1-1.5 ਸਾਲ ਹੋਇਆ। ਅਤੇ ਕਿੱਦਾਂ 5-7% ਉੱਧਰ ਆ ਜਿਹੜੇ ਮਤਲਬ ਲੈਟਰਿਨ ਬਾਥ ਉੱਤੇ ਕਰਦੇ, ਫਿਰ ਵੱਖਰੇ ਰੱਖੇ ਆ, ਤੁਹਾਨੂੰ ਪਤਾ ਸਮੈਲ ਜੀ ਹੈ ਨਾ। ਹਾਂਜੀ, ਹੋ ਜਾਂਦੀ ਹੈ। ਅਤੇ ਕਿੱਦਾਂ ਫਿਰ ਇਹ ਆਸ਼ਰਮ ਵਾਸਤੇ ਜਿਹੜਾ ਖਿਆਲ ਮਨ ਦੇ ਵਿੱਚ ਉਹ ਕਿੱਦਾਂ? ਉਹ ਇੱਕ ਹੀ ਮਾਤਾ ਲਿਆਂਦੀ ਸੀ ਜਿਹੜੀ, ਉਹ ਸਭ ਤੋਂ ਪਹਿਲਾਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ, ਉਹ ਮਾਤਾ ਦੇ ਨਾ ਬਸ ਕੋਈ ਕੱਪੜੇ ਨਹੀਂ ਹੈਗੇ ਨੰਗਣ ਵਸਤਾ ਦੇ, ਉਹ ਤਾਂ ਨਹੀਂ ਜਿਹਦੇ ਆਲੇ ਦੁਆਲੇ ਕੂੜਾ ਹੀ ਕੂੜਾ ਪਿਆ, ਕੂੜਾ ਹੀ ਕੂੜਾ, ਉਹ ਮਾਤਾ ਅੰਦਰ ਆ। ਅੱਛਾ ਅੱਛਾ, 10 ਦਿਨ ਇਹ ਲਿਆਂਦੀ। ਅੱਛਾ ਅੱਛਾ, ਜਿਹੜੀ ਉਹ ਮਾਤਾ ਲਿਆਂਦੀ ਉਹਦੇ ਮਤਲਬ ਸਾਰੇ ਸਰੀਰ ਨੂੰ ਕੁੱਤਿਆਂ ਦੇ ਬੱਚੇ ਚੰਬੜੇ ਅਤੇ ਲੈਟਰ ਬਾਥ ਆ ਜਿਹੜਾ ਛਾਤੀਆਂ ਚੁੰਘ ਰਹੇ ਸੀ ਹੈ ਨਾ, ਉਹ ਮਾਤਾ ਦਾ ਉਹ ਤੋਂ ਆਇਆ। ਵੀਡੀਓ ਵੇਖੀ ਸੀਗੀ ਵੀਰ, ਇੰਨੀ ਇਨਸਾਨੀਅਤ ਦੁਖਦੀ ਆ, ਦਿਲ ਦੁਖਦਾ ਵਾ ਕਿ ਉਹ ਭੈਣ ਦੀ ਜਦੋਂ ਵੀਡੀਓ ਮੈਂ ਵੀ ਦੇਖੀ ਸੀਗੀ, ਉਹ ਛਾਤੀ ਨੂੰ ਉਸ ਭੈਣ ਦੀ ਉਸ ਮਾਤਾ ਦੀ ਛਾਤੀ ਨੂੰ ਕਤੂਰੇ ਚੁੰਘ ਰਹੇ ਸੀਗੇ। ਵੀਡੀਓ ਮੈਂ ਜੇ ਹੋਈ ਤਾਂ ਮੈਂ ਵਿੱਚ ਅਟੈਚ ਵੀ ਕਰੂੰਗਾ ਵੀ ਉਦੋਂ ਵੇਖ ਕੇ ਇੱਕਦਮ ਰੂਹ ਕੰਮ ਉੱਠਦੀ ਹੈ ਕਿ ਯਾਰ ਦੁਨੀਆ ਕਿੱਥੇ ਵੱਸਦੀ ਹੈ ਅਤੇ ਅਸੀਂ ਕੀ ਕਰ ਰਹੇ ਹਾਂ। ਅਤੇ ਚਲੋ ਧੰਨਵਾਦ ਅਸੀਂ ਵੀਰ ਜੀ ਹੁਣਾਂ ਦਾ ਕਰਦਾ ਵਾਂ। ਵੀਰ ਜੀ ਹੁਣਾਂ ਨੇ ਕੱਲ੍ਹ ਮੈਨੂੰ ਫੋਨ ਕੀਤਾ ਸੀਗਾ ਕਿ ਵੀਰੋ ਜੇਕਰ ਤੁਹਾਡੇ ਕੋਲ ਕੋਈ ਭੈਣ ਹੁੰਦੀ ਆ, ਠੀਕ ਹੈ ਜੀ, ਅਤੇ ਤੁਸੀਂ ਸਾਨੂੰ ਵੀ ਸੇਵਾ ਦਾ ਮੌਕਾ ਦਿਓ। ਕੋਈ ਇਹਨਾਂ ਨੇ ਕੋਈ ਫੀਸ ਨਹੀਂ ਦੱਸੀ ਆਪਣੀ ਕਿ ਵੀਰ ਮੈਂ ਇੰਨੀ ਫੀਸ ਲੈਂਦਾ ਜਾਂ ਵੀ ਮੇਰੇ ਸਾਡੀ ਆਹ ਕੋਈ ਹੁੰਦੀ ਆ ਵੀ ਭੇਟਾ ਵਾ, ਕੁਝ ਨਹੀਂ। ਇਹਨੇ ਕਿਹਾ ਕਹਿੰਦਾ ਕਿ ਵੀਰੇ ਵੀ ਨਿਸ਼ਕਾਮ ਸਾਡੇ ਵੱਲੋਂ ਸੇਵਾ ਵਾ, ਸੇਵਾ 'ਚ ਸਭ ਕੋ ਪਾਉਣਾ ਨਾ ਪਾਉਣਾ ਤੁਹਾਡੀ ਮਰਜ਼ੀ ਆ। ਅਤੇ ਅੱਜ ਕੱਲ੍ਹ ਵੀਰ ਨੇ ਫੋਨ ਲਾਇਆ ਇਤਫਾਕ ਨਾਲ, ਅਤੇ ਅੱਜ ਮੈਂ ਇਸ ਵੀਰ ਕੋਲ
दर्शन करन आया वा ते मैं सारी संगत दा होर भी बेनती करदा वा कि इहो जे परिवारां दी इहो जे वीरां दी जरूर सपोर्ट करिया करो। ते इह आ मैं एक गल पुछनी चाहांगा कि वीरे जिवें हुण गर्मी बड़ी ठीक आ हुण गर्मी बहुत है ना जी ते कोई इत्थे बहुती रुख छां भी नहीं हैगा ते फिर इन्नियां तपदियां वा इह दूजियां टीनां तपदियां ते औखा ते बहुत हुंदा होगा। औखा भाजी है ही आ कोशिश कर रहे हैं चलो महाराज संगत सहयोग दे दो जिहड़े एसी सोच रहे हैं कि अच्छा इन्हां दे विच एसी लग जाए। हां एसी लग जाए चलो बाद ते जे एसी दी जगह किते छतें ही पै जाण ते सीमेंट वाली चलो महाराज दी कृपा महाराज दा हथ वास क्योंकि वीरो मैं संगत नूं बेनती करना चाहांगा कि पिंड लद्दा मुंडा जिला गुरदासपुर दे विच ये आश्रम आउंदा वा ते ਜਿੱਦਾਂ ਤੁਸੀਂ ਦੇਖ ਰਹੇ ਜੇ ਵੀ ਇੰਨੇ ਜਾਣਿਆਂ ਨੂੰ ਤਾਂ ਭਾਅ ਜੀ ਪ੍ਰਸ਼ਾਦਾ ਪਾਣੀ ਇੰਨੀ ਗਰਮੀ ਦੇ ਵਿੱਚ ਇੰਨੇ ਕਲਯੁੱਗ ਦੇ ਵਿੱਚ ਛਕਾਉਣਾ ਔਖਾ ਹੋ ਜਾਂਦਾ ਅਤੇ ਮੈਂ ਵੀਰ ਨੂੰ ਕਹਾਂਗਾ ਕਿ ਆਹ ਦਿਖਾਵੇ ਅੰਦਰ ਜਾ ਕੇ ਦਿਖਾਵੇ ਸਾਰੇ ਬੰਨੇ ਟੀਨਾਂ ਹੀ ਪਈਆਂ ਵਾ ਦਿਖਾ ਦੇ ਅੰਦਰੋਂ ਦਿਖਾ ਦੇ ਸਾਰੇ ਬੰਨੇ ਟੀਨਾਂ ਹੀ ਪਈਆਂ ਵਾ ਕੋਈ ਸੰਗਤ ਵੈਸੇ ਜ਼ਿਆਦਾ ਨਹੀਂ ਕਹਿੰਦੇ ਕੋਈ ਜਿੰਨੀ ਕਿਸੇ ਦੀ ਸ਼ਰਧਾ ਵਾ ਕੋਈ ਤਿਲ ਫੁੱਲ ਭੈਣ ਕੋਈ ਕੋਈ ਵੀਰ ਪਾਉਣਾ ਚਾਹੁੰਦਾ ਹੋਵੇ ਜ਼ਿਆਦਾ ਨਹੀਂ ਤਾਂ ਕਿਤੇ ਇੱਕ ਅੱਧੇ ਕਮਰੇ 'ਚ ਹੀ ਲੈਂਟਰ ਪੈ ਜਾਵੇ ਕਿਉਂਕਿ ਜਿਹੜੇ ਹੁੰਦੇ ਆ ਬੱਚੇ ਹੋਣ ਬਜ਼ੁਰਗ ਹੋਣ ਜਾਂ ਬਿਮਾਰ ਹੋਣ ਉਹਨਾਂ ਨੂੰ ਠੰਡ ਵੀ ਜ਼ਿਆਦਾ ਲੱਗਦੀ ਹੈ ਅਤੇ ਗਰਮੀ ਵੀ ਜ਼ਿਆਦਾ ਲੱਗਦੀ ਹੈ ਅਤੇ ਵੇਖ ਜੇਕਰ ਵੀਰ ਜੀ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕੋਈ ਆਪਣਾ ਐਡਰੈਸ ਮੋਬਾਈਲ ਨੰਬਰ ਬੋਲਿਓ। ਸਾਡਾ ਮੋਬਾਈਲ ਨੰਬਰ ਆ 73470-8506 ਨੰਬਰ ਆ। ਹਾਂਜੀ ਅਤੇ ਬਾਬਾ ਫਤਿਹ ਸਿੰਘ ਨਾਥ ਆਸ਼ਰਮ ਪਿੰਡ ਲੱਦਾ ਮੁੰਡਾ ਪੱਤੀ ਦਾਰਾਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਥਿਤ ਹੈ ਜੀ। ਹਾਂਜੀ ਅਤੇ ਬਾਕੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਸਹਿਯੋਗ ਦੇਣ ਦੀ ਵੱਖਰੀ ਗੱਲ ਆ ਇੱਕ ਆ ਕੇ ਇੱਕ ਚੀਜ਼ ਨੂੰ ਵੇਖਣਾ ਜਿਹੜਾ ਨਾ ਉਹ ਬਹੁਤ ਵਧੀਆ ਗੱਲ ਹਾਂਜੀ ਆ ਕੇ ਵੇਖੋ ਆਪ ਪ੍ਰੈਕਟੀਕਲੀ ਵੇਖੋ ਫਿਰ ਪਤਾ ਲੱਗੇਗਾ। ਜਦੋਂ ਆਪਾਂ ਵੀ ਹੁਣ ਜਿਵੇਂ ਉਸੇ ਆਸ਼ਰਮ ਆਪਣਾ ਵੀ ਜੇਕਰ ਕੋਈ ਭੈਣ ਭਰਾ ਵੇਖਣ ਹੀ ਆਉਂਦਾ ਨਾ ਤਾਂ ਮਨ 'ਚ ਇੱਕ ਨਾ ਵੱਖਰੀ ਇੱਕ ਚਾਅ ਜਿਹਾ ਹੁੰਦਾ ਕਿ ਯਾਰ ਸਾਡੇ ਕੋਲ ਸਾਡਾ ਵੀ ਕੋਈ ਦੁੱਖ ਵੰਡਾਉਣ ਆਇਆ ਵਾ ਜਾਂ ਸਾਨੂੰ ਵੀ ਕੋਈ ਸਪੋਰਟ ਕਰਨ ਆਇਆ ਵਾ ਬੰਦਾ ਭੈਣ ਅੰਦਰ ਡਬਲ ਐਮਏ ਪੜ੍ਹੀ ਹੈ ਜਿਹੜੀ ਵੀਡੀਓ ਬੜੀ ਵਾਇਰਲ ਹੋਈ ਹੁੰਦੀ ਹੈ ਅੱਛਾ ਦਿਖਾਇਓ ਤੁਹਾਨੂੰ ਦਰਸ਼ਨ ਕਰਾਉਂਦੇ ਉਹਦੇ ਬਹੁਤ ਜ਼ਿਆਦਾ ਮਤਲਬ ਘੱਟੋ ਘੱਟ ਨਹੀਂ 4-5 ਕਿਲੋ ਦੀਆਂ ਜੜਾਵਾਂ ਸਿਰ 'ਤੇ ਤੁਹਾਡਾ ਭਲਾ ਜੀ ਇਹ ਕਦੋਂ ਦੀ ਲੈ ਕੇ ਆਉਣ ਭੈਣ ਨੂੰ 8-10 ਦਿਨ ਹੋਏ। ਅੱਛਾ ਇਹਨਾਂ 'ਚ ਪੰਜਾਬੀ ਵੀ ਹੈਗਾ ਵੀਰ ਕੋਈ ਕਿ ਜਾਂ ਪੰਜਾਬੀ ਭਾਜੀ ਸਾਡੇ ਕੋਲ ਇੱਕ ਦੋ ਹੀ ਬਾਹਰ ਦੇ। ਅੱਛਾ ਪੰਜਾਬੀ ਸਾਰੇ ਹਾਂ ਆ ਵੀ ਬਾਹਰ ਆ ਵੀ ਪੰਜਾਬੀ 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 ਤੇ ਕਿੱਦਾਂ ਫਿਰ ਇਹਨਾਂ ਦੇ ਪਰਿਵਾਰ ਪਰਿਵਾਰ ਹੈਗੇ ਕਈਆਂ ਦੇ ਕਈਆਂ ਨੇ ਸਾਹਮਣ ਥੁਣੇ ਮਤਲਬ ਰੋਡਾਂ ਦੇ ਉੱਤੇ ਵਿਚਾਰੇ ਰਹਿ ਗਏ ਆ। ਨਹੀਂ ਜਦੋਂ ਮਤਲਬ ਹੁਣ ਜਿਵੇਂ ਪੰਜਾਬੀ ਆ ਮੰਨ ਲਓ ਇਹ ਵੀਰ ਪੰਜਾਬੀ ਆ ਹਨਾ ਤੇ ਇਹਨਾਂ ਦੇ ਪੰਜਾਬ ਘਰ ਵਾਲਿਆਂ ਨਾਲ ਫਿਰ ਮਾਤਾ ਦੇ ਫਾਦਰ ਦੀ ਡੈਥ ਹੋ ਗਈ ਆ ਤੇ ਹੈ ਨਹੀਂ ਕੋਈ ਮਗਰ ਮਾਸੀ ਨੇ ਇਹਨੂੰ ਮਿਰਗੀ ਪੈਂਦੀ ਵਿਚਾਰੇ ਨੂੰ ਜਿੱਥੇ ਮਰਜ਼ੀ ਪੈ ਜਾਂਦੀ ਹੈ। ਚੱਲ ਇਹ ਤਾਂ ਮੈਂ ਸਮਝ ਗਿਆ ਹਨਾ ਪਰ ਕਈਆਂ ਦੀ ਕੋਈ ਕਿਸੇ ਦਾ ਵੀ ਹੈਗਾ ਕਿ ਮਾਂ ਪਿਓ ਹੋਣ ਜਾਂ ਭੈਣ ਭਰਾ ਹੋਣ ਕਿਸੇ ਦਾ ਆ ਬਾਪੂ ਦੀਆਂ 3 ਭੈਣਾਂ ਵਾ ਤੇ 12 ਕਿੱਲੇ ਪੈਲੀ ਸੀ ਤੇਰਾ ਭਲਾ ਜੀ ਇਸ ਬਜ਼ੁਰਗ ਦੀ ਪੂਰੀਆਂ 3 ਲੜਕੀਆਂ ਵਾ ਤੇ 12 ਕਿੱਲੇ ਪੈਲੀ ਸੀ ਚੰਗਾ ਬੜਾ ਘਰ ਆ ਜੱਟ ਫੈਮਿਲੀ ਤੋਂ ਬਿਲੋਂਗ ਕਰਦੇ ਉਹ ਸਾਰੀ ਪੈਲੀ ਵੇਚ ਗਈਆਂ ਵਾ ਘਰ ਬਾਹਰ ਵੀ ਵੇਚ ਗਿਆ ਘਰ ਵੀ ਨਹੀਂ ਛੱਡਿਆ ਤੇ ਬੱਸ ਸਟੈਂਡ ਤੇ ਵਿਚਾਰਾ ਰੋਣ 'ਚ ਮਜ਼ਬੂਰ ਸੀ ਤੇ ਲਾਇਆ ਨਹੀਂ ਫਿਰ ਫੋਨ ਉਹਨਾਂ ਨੂੰ ਕਰ ਨਹੀਂ ਖਿੱਚ ਤੂੰ ਫੋਨ ਉਹਨਾਂ ਨਾਲ ਭਾਜੀ ਕੰਟੈਕਟ ਨਹੀਂ ਹੋਇਆ ਮੇਰਾ ਨਾਲ ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਆਪ ਤੇ ਇੱਥੇ ਨਹੀਂ ਜੋ ਪੈਲੀ ਪੂਲੀ ਵੇਚ ਕੇ ਚਲ ਗਈਆਂ ਵਾ ਮੇਰੇ ਕੋਲ ਤੇ ਜੇਕਰ ਉਹਦਾ ਸਾਂਭਣ ਵਾਲਾ ਹੋਵੇ ਤੇ ਨਾ ਉਹਨੂੰ ਸਾਂਭਦਾ ਹੋਵੇ ਤੇ ਮੈਂ ਤਾਂ ਖਿੱਚ ਤੂੰ ਕਰ ਉਹਨਾਂ ਨੂੰ ਉਹਦੀ ਵਧੀਆ ਬਹੁਤ ਵਧੀਆ ਹੈ ਨਾ ਕਿਉਂਕਿ ਅਗਲੇ ਨੂੰ ਅਹਿਸਾਸ ਤਾਂ ਹੋਣਾ ਚਾਹੀਦਾ ਨਾ ਕਿਹੜਾ ਆਹ ਵੀਰ ਅੱਛਾ 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 ਉਹਦੇ ਨਾਲ ਅਪਸੈਟ ਹੋ ਗਿਆ ਠੀਕ ਆ ਇਹ ਹੈਗਾ ਵੀ ਪੰਜਾਬੀ ਬੜਾ ਵਧੀਆ ਲੱਗਾ ਆ ਕੇ ਉੱਦਾਂ ਨਾ ਕਿਉਂਕਿ ਤੁਸੀਂ ਖਾਲਸਾ ਸਰੂਪ ਜੇ ਮੇਰਾ ਵੀ ਥੋੜ੍ਹਾ ਜਿਹਾ ਝੁਕਾਅ ਹੁੰਦਾ ਵੀ ਯਾਰ ਜਿਹੜੇ ਸਿੰਘ ਸੇਵਾ ਕਰਦੇ ਬੜਾ ਵਧੀਆ ਲੱਗਦਾ। ਅੱਛਾ ਇਹ ਭੈਣ ਆ ਅੱਛਾ ਇਹ ਡਬਲ ਐਮ ਏ ਆ ਹਾਂ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਕਿਹਾ ਭੈਣੇ ਨਹੀਂ ਜਾਣਦੀ ਤਾਂ ਨਹੀਂ ਆ ਪਰ ਭੈ ਲੱਗਦੀ ਤਾਂ ਭੈਣ ਹੀ ਆ ਲੀਲਾ ਕਿਹੜਾ ਪਿੰਡ ਆ ਤੇਰਾ ਕਿਹੜਾ ਪਿੰਡ ਆ ਹੱਦ ਹੋ ਗਈ ਆ ਹਾਂ ਤੇਰੇ ਮੈਂ ਘਰੋਂ ਆਇਆ ਵਾ ਤੇਰੇ ਪਰਿਵਾਰ ਵਾਲੇ ਨੇ ਘੱਲਿਆ ਮੈਨੂੰ ਇੱਕ ਮੈਂਟਲੀ ਵੀ ਡਿਸਟਰਬ ਆ ਅਤੇ ਇੱਕ ਸਕਿਨ ਨੂੰ ਵੀ ਪ੍ਰੋਬਲਮ ਹੋਈ ਹੈ ਨਾ ਅੱਛਾ ਅੱਛਾ ਇਹ ਅੱਛਾ ਆਹ ਵੀਡੀਓ ਵੀਰ ਆਹ ਵੇਖੋ ਵੀਰ ਕਿੱਦਾਂ ਕੂੜੇ ਦੇ ਢੇਰ 'ਚ ਭੈਣ ਖਲੋਤੀ ਆ ਇਹ 4 ਮਿੰਟ ਸਾਡਾ 3-4 ਦਿਨ ਹੋ ਗਏ ਤੁਸੀਂ ਪੋਸਟ ਵੀ ਕੀਤੀ ਆ ਹਾਂਜੀ ਵਾਹਿਗੁਰੂ ਸ਼ੁਕਰ ਰੱਬ ਦਾ ਆਪਣਾ ਵੀਰ ਜੀ ਵੈਸੇ ਆਪਣਾ ਆਪ ਖਾਸ ਪਿੰਡ ਕਿਹੜਾ ਲੱਦਾ ਮੁੰਡਾ ਕਿ ਜਾਂ ਦਾਰਾਪੁਰ ਲੱਦਾ ਮੁੰਡਾ ਅਤੇ ਆਹ ਜ਼ਮੀਨ ਦਾਰਾਪੁਰ ਦੀ ਹੈ ਅੱਛਾ ਅੱਛਾ ਠੀਕ ਆ ਆਹ ਵੇਖੋ ਮੈਂ ਵੀਰ ਦਿਖਾਉਂਦਾ ਵਾਂ ਕਿ ਆਹ ਵੀ ਲੈਂਟਰ ਨਹੀਂ ਹੈਗਾ ਇਹ ਵੀ ਸ਼ੈੱਡ ਪਿਆ ਵਾ
ਅਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਵਾਨ ਬੱਚੇ ਨੂੰ ਬੁੱਢੇ ਨੂੰ ਬਿਮਾਰ ਨੂੰ ਗਰਮੀ ਵੀ ਜ਼ਿਆਦਾ ਲੱਗਦੀ ਆ ਅਤੇ ਠੰਡ ਵੀ ਜ਼ਿਆਦਾ ਮਹਿਸੂਸ ਹੁੰਦੀ ਆ ਅਤੇ ਇੰਨੀ ਅੱਤ ਦੀ ਗਰਮੀ ਦੇ ਵਿੱਚ ਟੀਨਾਂ ਹੋਰ ਜ਼ਿਆਦਾ ਤਪਦੀਆਂ ਵਾ ਸੋ ਮੈਂ ਵੀਡੀਓ ਬਣਾਉਂਦਾ ਮੇਰੇ ਦਾ ਇਹੋ ਕਾਰਨ ਵਾ ਕਿ ਜ਼ਿਆਦਾ ਨਹੀਂ ਅਤੇ ਥੋੜ੍ਹੇ 'ਚੋਂ ਥੋੜ੍ਹਾ ਹੀ ਆਪਾਂ ਸਪੋਰਟ ਜ਼ਰੂਰ ਕਰੀਏ ਇਹਨਾਂ ਵੀਰਾਂ ਦੀ ਤਾਂ ਜੋ ਇਹ ਹੋਰ ਮਾਨਵਤਾ ਦੀ ਇਨਸਾਨੀਅਤ ਦੀ ਸੇਵਾ ਕਰਨ ਅਤੇ ਇਹੋ ਜਿਹੀਆਂ ਭੈਣਾਂ ਦਾ ਵੀਰ ਦੱਸਦਾ ਪਿਆ ਵਾ ਕਿ ਇਹ ਭੈਣ ਡਬਲ MA ਸੀਗੀ ਅਤੇ ਵੀਰ ਹਾਲਾਤ ਦੱਸਿਓ ਫਿਰ ਕੀ ਹਿਸਾਬ ਤਾ ਸਾਰੇ ਮੈਨੂੰ ਇਹਦੇ ਹਾਲਾਤ ਇਹਨਾਂ ਦੇ ਬ੍ਰਦਰ ਆ ਦੋ ਅੱਛਾ ਚੰਗੇ ਮਤਲਬ ਚੰਗੇ ਘਰੋਂ ਬਾਹਰ ਵੀ ਚੰਗੇ ਆ ਉਹਨਾਂ ਨੂੰ ਮੈਂ ਮਿਲਿਆ ਵੀ ਜਾ ਖਿੱਚ ਧੂ ਵੀ ਕੀਤੀ ਹਾਂਜੀ ਉਹਨਾਂ ਨੂੰ ਮਿਲਿਆ ਜਾ ਕੇ ਉਹ ਆਉਂਦੇ ਜੀ ਇਹਦੇ ਕਰਕੇ ਸਾਡੇ ਬੱਚੇ ਮੈਂਟਲੀ ਹੋ ਗਏ ਅਤੇ ਜੇ ਤੁਸੀਂ ਮੈਂਟਲ ਹੋ ਜਾਓ ਕਿਹਾ ਤੁਸੀਂ ਤਾਂ ਫਿਰ ਵੀ ਆਪ ਨੂੰ ਆਚਰਣ ਪਤਾ ਲੱਗਾ ਇਹਨਾਂ ਦੇ ਮੈਨੂੰ ਕਾਲ ਵੀ ਆਈ ਜਦੋਂ ਵੀਡੀਓ ਵਾਇਰਲ ਹੋਈ ਇਹਨਾਂ ਦੇ ਪਿੰਡੋਂ ਹਾਂਜੀ ਕਿ ਕਈ ਬੱਚੇ ਜਿੰਨੇ ਬੱਚੇ ਇਹਨਾਂ ਕੋਲ ਟਿਊਸ਼ਨ ਪੜ੍ਹਦੇ ਰਹੇ ਫੋਨ ਕਰਦੇ ਰਹੇ ਕਿ ਸਾਨੂੰ ਬਹੁਤ ਵਧੀਆ ਮਤਲਬ ਡੀਲਿੰਗ ਕਰਦੇ ਰਹੇ ਹੋ ਜਾਣਗੇ ਸੈੱਟ ਡਬਲ MA ਹੈ ਨਾ ਜਿੱਦਣ ਪਹਿਲੇ ਦਿਨ ਤਾਂ ਬਹੁਤ ਜ਼ਿਆਦਾ ਹਾਲਾਤ ਮਾੜੇ ਸੀ ਕਾਹਦੇ ਵਿੱਚ MA ਕੀਤੀ ਤੁਸੀਂ MA ਕਾਹਦੇ 'ਚ ਕੀਤੀ ਆ ਇੰਗਲਿਸ਼ ਹਿਸਟਰੀ ਇਕਨੋਮਿਕਸ ਕਾਹਦੇ 'ਚ ਇੰਗਲਿਸ਼ 'ਚ ਹਾਂਜੀ ਲੈ ਮੇਰੀ ਤੂੰ ਭੈਣ ਵਾ ਪੁੱਛ ਨਹੀਂ ਸਕਦਾ ਹਾਂ ਤੇਰਾ ਭਲਾ ਅਤੇ ਹਾਲਾਤ ਇੱਦਾਂ ਫਿਰ ਕਿੱਦਾਂ ਹੋ ਗਏ ਇਹਦੇ ਇਹਦੇ ਭਾਅ ਜੀ ਹੁਣ ਜਿਹਦੇ ਹਾਲਾਤ ਆ ਜੋ ਲਿਆਂਦੀ ਆ ਹਾਂਜੀ ਉੱਥੇ ਨਾ ਕੋਈ ਪੱਖਾ ਨਾ ਕੋਈ ਮਤਲਬ ਰਜਾਈ ਹੋਵੇ ਚਾਹੇ ਨਾ ਹੋਵੇ ਸਾਡੇ ਘਰ ਜਿਸ ਤਰ੍ਹਾਂ ਮੋਟੇ ਹਰੀ ਤੈਨੂੰ ਦੇਖਦੇ ਬਹੁਤ ਮਾੜੇ ਧੰਨਵਾਦ ਸਕਿਨ ਖਾਲਸ ਦੇ ਉਹ ਕਰਕੇ ਇੰਨਾ ਗੰਦਗੀ ਉੱਥੇ ਅਤੇ ਜਿਹੜਾ ਬੰਦਾ ਗੰਦਗੀ ਜੜਾਵਾਂ 5-7 ਕਿਲੋ ਸਿਰ 'ਤੇ ਰਹਿਣੇ ਉਹ ਕਿੱਦਾਂ ਠੀਕ ਹੋਵੇ ਕਿਉਂਕਿ ਬੰਦਾ ਇਕੱਲਾ ਕਜਾ ਇਕੱਲਾ ਰਹਿਣਾ ਕਮਰੇ 'ਚ ਬੰਦੇ ਡਿਪਰੈਸ਼ਨ ਤੁਸੀਂ